ਇੱਕ ਅੱਛਾ ਮੈਂ ਇੱਕ ਆਖਿਆ ਤੇ ਬੰਦਾ ਵੀ ਇੱਕ ਹੀ ਬੋਲਿਆ ਸੁਭਾਨ ਅੱਲਾ ਸਾਰਿਆਂ ਬੋਲੀਏ ਸੁਭਾਨ ਅੱਲਾ ਇੱਕ ਤੂੰ ਰੱਖ ਸਰਕਾਰ ਦੀ ਸਿੱਖ ਜਦੋਂ ਗਿਣਤੀ ਪੜਾ ਉਦੋਂ ਭਾਵੇਂ ਨਾ ਬੋਲਿਆ ਜਦੋਂ ਅੱਗੂ ਆਕਾ ਦੀ ਨਾਤ ਦਾ ਸ਼ੇਰ ਆਵੇ ਉਦੋਂ ਕਹਿਣੀ ਹੈ ਇੱਕ ਤੂੰ ਰੱਖ ਸਰਕਾਰ ਦੀ ਸਿੱਖ ਤੇ ਦੋ ਤੂੰ ਪਹਿਲੇ ਆਪ ਦਾ ਹੋ ਦੋ ਦੋ ਤੂੰ ਪਹਿਲੇ ਆਪ ਦਾ ਹੋ ਤੇ ਤਿੰਨ ਆਕਾ ਦਾ ਬੂਆ ਪਿੰਨ ਤਿੰਨ ਆਕਾ ਦਾ ਬੂਆ ਪਿੰਨ ਤੇ ਚਾਰ ਤੂੰ ਪਾ ਸੋਹਣੇ ਨਾਲ ਪਿਆਰ ਚਾਰ ਚਾਰ ਤੁਸੀਂ ਤੇ ਬੜੀ ਸੋਹਣੀ ਸੁਭਾਨ ਅੱਲਾ ਕਹਿ ਰਹੇ ਹੋ ਨਾ ਜਿੱਥੇ ਸੁਭਾਨ ਅੱਲਾ ਨਾ ਨਾ ਕਹਿਣ ਉੱਥੇ ਮੈਂ ਇੰਜ ਕਹਿੰਦਾ ਹੁੰਦਾ ਚਾਰ ਤੂੰ ਪਾ ਸੋਹਣੇ ਨਾਲ ਪਿਆਰ ਤੇ ਇੰਜ ਨਹੀਂ ਹੱਥ ਚੁੱਕ ਕੇ ਗੱਜ ਕੇ ਸੁਭਾਨ ਅੱਲਾ ਪੁਕਾਰ ਤੇਰਾ ਹੋਵੇ ਬੇੜਾ ਪਾਰ ਚਾਰ ਚਾਰ ਤੂੰ ਪਾ ਸੋਹਣੇ ਨਾਲ ਪਿਆਰ ਤੇ ਪੰਜ ਇਹ ਕਦੀ ਨਾ ਸੁੱਕੇ ਹੰਝ ਪੰਜ ਇਹ ਕਦੀ ਨਾ ਸੁੱਕੇ ਹੰਝ ਤੇ ਛੇ ਤੁਸੀਂ ਬਣ ਜਾਓ ਆਕਾ ਦੇ ਛੇ ਤੁਸੀਂ ਬਣ ਜਾਓ ਆਕਾ ਦੇ ਤੇ ਸੱਤ ਇਹ ਦੇ ਸੋਹਣੇ ਤੋਂ ਰੱਤ ਅੱਠ ਇਹ ਸਭ ਕੁਝ ਪਾ ਦੇ ਭੱਠ ਤੇ ਨੌ ਉਲਮਾ ਜਲਵਾ ਗਰ ਨੇ ਅੱਠ ਇਹ ਸਭ ਕੁਝ ਪਾ ਦੇ ਭੱਠ ਤੇ ਨੌ ਆਕਾ ਦੀ ਰੋਟੀ ਜਾਉ ਨੌ ਆਕਾ ਦੀ ਰੋਟੀ ਜਾਉ ਇਸ ਸ਼ੇਰ ਤੇ ਫੈਸਲਾ ਹੋਣਾ ਹੈ ਕਿ ਮੈਨੂੰ ਦਾ ਤੂੰ ਅੱਗੇ ਜਾਣਾ ਚਾਹੀਦਾ ਜਾਂ ਨਹੀਂ ਜਾਣਾ ਚਾਹੀਦਾ ਇਸ ਸ਼ੇਰ ਤੇ ਤੁਹਾਡੀ ਸੁਭਾਨ ਅੱਲਾ ਫੈਸਲਾ ਕਰਨਾ ਹੈ ਨੌ ਆਕਾ ਦੀ ਰੋਟੀ ਜਾਉ ਤੇ ਦਸ 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 ਆ ਨਾਤ ਦੀ ਲੈ ਲੈ ਚਸ ਦਸ ਆ ਨਾਤ ਦੀ ਲੈ ਲੈ ਚਸ ਫੈਸਲਾ ਤੇ ਹੋ ਗਿਆ ਜਿਹਨੇ ਮਦੀਨਾ ਨਹੀਂ ਵੇਖਿਆ ਆਲੇ ਰਸੂਲ ਦਾ ਸਦਕਾ ਅੱਲਾ ਉਹਨੂੰ ਮਦੀਨਾ ਵਿਖਾਵੇ ਤੇ ਜਿਹਨੇ ਮਦੀਨਾ ਵੇਖਿਆ ਉਹਦੇ ਵਾਸਤੇ ਅਗਲਾ ਸ਼ੇਰ ਕਹਿਣਾ ਚਾਹੁੰਦਾ ਕਿ ਗਿਆਰਾਂ ਜਿਹੜਾ ਵੇਖ ਆਵੇ ਉਹਦੀ ਤਮੰਨਾ ਕੀ ਹੁੰਦੀ ਗਿਆਰਾਂ ਉਹ ਕਹਿੰਦਾ ਸੋਹਣਿਆ ਸੱਦ ਦੁਬਾਰਾ ਗਿਆਰਾਂ ਸੋਹਣਿਆ ਸੱਦ ਦੁਬਾਰਾ ਤੇ ਬਾਰਾਂ ਬਾਰਾਂ ਉਹ ਸੁਣੀਆਂ ਲਾ ਸਰਕਾਰ ਦਾ ਨਾਰਾ ਬਾਰਾਂ ਬੜੀ ਖੁਸ਼ੀ ਹੋਈ ਹੈ ਮੇਰੇ ਫਰੀਦ ਦਾ ਨਾਰਾ ਲੱਗਾ ਹੈ ਕਿਉਂਕਿ ਬੂਹੇ ਅਕਲ ਦੇ ਦੌਣ ਚੁਕਾਉਣ ਵਾਲੇ ਹੁਰਮਲ ਸ਼ਿਮਰ ਲਈਨ ਯਜ਼ੀਦ ਹੁੰਦੇ ਰੱਬ ਤਾਂ ਇਸ਼ਕ ਦੇ ਨਾਲ ਜੋ ਕਰਨ ਪੈਦਾ ਸਾਰੇ ਪੀਰ ਮੁਰੀਦ ਸ਼ਹੀਦ ਹੁੰਦੇ ਪੈਦਾ ਨਿੱਤ ਨਹੀਂ ਪੀਰਾਂ ਦੇ ਪੀਰ ਹੁੰਦੇ ਨਿੱਤ ਨਹੀਂ ਚੋਰਾਂ ਦੇ ਬਖਤ ਸ਼ਹੀਦ ਹੁੰਦੇ ਨਾਸਰ ਸ਼ਾਹ ਤੂੰ ਗੱਲ ਕਰ ਸਦੀਆਂ ਦੀ ਪੈਦਾ ਰੋਜ਼ ਨਹੀਂ ਬਾਬਾ ਫਰੀਦ ਹੁੰਦੇ ਨਾਸਰ ਸ਼ਾਹ ਤੂੰ ਗੱਲ ਕਰ ਸਦੀਆਂ ਦੀ ਪੈਦਾ ਰੋਜ਼ ਨਹੀਂ ਬਾਬਾ ਫਰੀਦ ਹੁੰਦੇ ਬਾਰਾਂ ਤੂੰ ਲਾ ਸਰਕਾਰ ਦਾ ਨਾਰਾ ਤੇ ਅਲਾਮਾ ਸਾਹਿਬ ਪੂਰੀ ਗਿਣਤੀ ਦੀ ਜਾਨ ਸ਼ੇਰ ਇਸ ਤੋਂ ਵੱਡਾ ਸ਼ੇਰ ਸਾਗਰ ਚਿਸ਼ਤੀ ਦੇ ਦਾਮਨ ਵਿੱਚ ਨਹੀਂ ਬਾਰਾਂ ਤੂੰ ਲਾ ਸਰਕਾਰ ਦਾ ਨਾਰਾ ਤੇ ਤੇਰਾ 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 ਸੁਣਿਆ ਕਦੀ ਤੂੰ ਵੀ ਕਹਿ ਛੱਡ ਮੇਰਾ ਨਾਰਾ ਤਕਬੀਰ ਨਾਰਾ ਨਿਸ਼ਾਲ ਨਾਰਾ ਹੈਦਰੀ ਨਾਰਾ ਹੈਦਰੀ ਨਾਰਾ ਗੌਸ਼ੀਆ ਮਹਾਨ ਤੇਰਾ ਸੋਹਣਿਆ ਕਦੀ ਤੂੰ ਵੀ ਕਹਿ ਛੱਡ ਮੇਰਾ ਤੇ ਚੌਦਾਂ ਚੌਦਾਂ ਤੁਸੀਂ ਕਰ ਲਓ ਇਸ਼ਕ ਦਾ ਸੌਦਾ ਚੌਦਾਂ ਤੁਸੀਂ ਕਰ ਲਓ ਇਸ਼ਕ ਦਾ ਸੌਦਾ ਤੇ ਪੰਦਰਾਂ ਆਖੋ ਸੋਹਣਿਆ ਤੋੜ ਦੇ ਗਮ ਦਾ ਜੰਦਰਾ ਸੋਲਾ ਇਹ ਮੁੱਕ ਜਾਵੇ ਸਭ ਰੋਲਾ ਸਤਰਾ ਸਤਰਾ ਸੋਹਣਿਆ ਦੇ ਰਹਿਮਤ ਦਾ ਕਤਰਾ ਅਠਾਰਾਂ ਉਹ ਸੋਹਣਾ ਸਭ ਤੋਂ ਪਿਆਰਾ ਤੇ ਅਗਲਾ ਮਸ਼ਵਰੇ ਵਾਲਾ ਸ਼ੇਰ ਉੱਨੀ ਓਏ ਬਣ ਜਾਓ ਪੱਕੇ ਸੁੰਨੀ ਉੱਨੀ ਉੱਨੀ ਓਏ ਬਣ ਜਾਓ ਪੱਕੇ ਸੁੰਨੀ ਤੇ ਹੁਣ ਇਵੇਂ ਲੱਗੇ ਤੁਸੀਂ ਗੁੰਬਦ ਦੇ ਖਜ਼ਰਾ ਦੇ ਸਾਹਮਣੇ ਬੈਠੇ ਹੋ ਅੱਲਾ ਕਰੇ ਤੁਹਾਨੂੰ ਗੁੰਬਦ ਦੇ ਖਜ਼ਰਾ ਦੇ ਸਾਹਮਣੇ ਬੈਠਣਾ ਨਸੀਬ ਹੋ ਜਾਏ ਇੰਜ ਸਮਝਣਾ ਹੈ ਗੁੰਬਦ ਦੇ ਖਜ਼ਰਾ ਦੇ ਸਾਹਮਣੇ ਬੈਠ ਕੇ ਅਸੀਂ ਸਰਕਾਰ ਨੂੰ ਕੀ ਕਹਿ ਰਹੇ ਹਾਂ ਕਿ ਵੀ 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 ਜੀ ਸੋਹਣਿਆ ਜੀ ਵੀ ਵੀ ਸੋਹਣਿਆ ਜੀ
ਤੇ ਮੇਰਾ ਦਿਲ ਕਰਦਾ ਤੁਹਾਨੂੰ ਵੀ ਆਖਾਂ ਜੀ ਇਹ ਸੋਹਣਿਆ ਜੀ। ਅੱਲਾ ਤੁਹਾਡੇ ਜ਼ੌਕ ਨੂੰ ਸਲਾਮਤ ਰੱਖੇ। ਹਜ਼ਰਾਤੇ ਗ੍ਰਾਮੀ, ਕਲਾਮ ਤੇ ਬੜੇ ਹੁੰਦੇ ਨੇ, ਵੈਸੇ ਅੱਜ ਮੇਰਾ ਦਿਲ ਸੀ ਤੁਹਾਨੂੰ ਕੁਝ ਨਵੇਂ ਕਲਾਮ ਸੁਣਾਉਣ ਵਾਸਤੇ, ਲੇਕਿਨ ਫਰਮਾਇਸ਼ ਹੋ ਗਈ ਹੈ, ਇਸ ਤੋਂ ਬਾਅਦ ਟਾਈਮ ਹੋਇਆ ਤੇ ਇਨਸ਼ਾਅੱਲਾ ਜ਼ਰੂਰ, ਜੇ ਇਸ਼ਾਰਾ ਹੋ ਗਿਆ ਤੇ ਮੈਂ ਘੰਟੇ ਵਾਲਾ ਵੀ ਨਕੀਬ ਨਹੀਂ ਤੇ ਮੈਂ ਜ਼ਬਰਦਸਤੀ ਵਾਲਾ ਨਕੀਬ ਵੀ ਨਹੀਂ, ਤੇ ਮੈਨੂੰ ਰੋਕਿਆ ਜਾਵੇ ਤੇ ਮੈਂ ਪੜ੍ਹਦਾ ਜਾਵਾਂ। ਰਿਆਜ਼ ਅਹਿਮਦ ਸਾਹਿਬ ਨੇ ਮੈਨੂੰ ਬੜੀ ਮੁਹੱਬਤ ਨਾਲ ਕਿਹਾ ਕਿ ਜ਼ਰਾ ਥੋੜ੍ਹਾ ਜਿਹਾ ਨਾ ਪ੍ਰੋਗਰਾਮ ਨੂੰ ਕਲੋਜ਼ ਕਰਦੇ ਜਾਈਏ ਤਾਂ ਕਿ ਖਿਤਾਬ ਵੀ ਸੁਣ ਲਈਏ, ਤੇ ਸ਼ਬਾਜ਼ ਕਮਰ ਫਰੀਦੀ ਸਾਹਿਬ ਵੀ ਤਸ਼ਰੀਫ ਲਿਆ ਰਹੇ ਨੇ, ਉਹਨਾਂ ਨੂੰ ਵੀ ਸੁਣ ਲਈਏ। ਹੁਣ ਮੈਨੂੰ ਇੰਝ ਹੀ ਲੱਗਦਾ ਹੈ ਕਿ ਰਿਆਜ਼ ਅਹਿਮਦ ਸਾਹਿਬ ਤੇ ਨਸੀਮ ਸਾਹਿਬ ਦੀ, ਬਾਕੀ ਇੰਤਜ਼ਾਮੀਆਂ ਦੀ, ਕਾਸ਼ਿਫ ਸਾਹਿਬ ਦੀ ਇਹ ਸਕੀਮ ਹੈ ਕਿ ਅਸਾਂ ਨਾਤ ਖਾਨਾ ਵਿੱਚ ਟਾਈਮ ਕਰਨਾ ਤਕਸੀਮ ਹੈ, ਕਿਉਂਕਿ ਹਰ ਮਹਿਮਾਨ ਮਾਸ਼ਾਅੱਲਾ ਬੜਾ ਅਜ਼ੀਮ ਹੈ, ਵਾਜਿਬ ਉਹ ਤਕਰੀਮ ਹੈ। ਹੁਣ ਜਿਸ ਨਾਤ ਖਾਨ ਪੇਸ਼ ਕਰਨੀ ਨਾਤੇ ਰਸੂਲ ਕਰੀਮ ਹੈ, ਪਿੰਡ 102 ਜੋੜੀਆਂ ਹੈ, ਨਿਸਬਤ ਨਕਸ਼ਬੰਦੀ ਹੈ ਤੇ ਨਾਮ ਰਾਏ ਨਸੀਮ ਹੈ। ਰਾਏ ਨਸੀਮ ਅਹਿਮਦ ਨਕਸ਼ਬੰਦੀ ਸਾਹਿਬ ਹਾਜ਼ਰੀ ਪੇਸ਼ ਕਰਨਗੇ ਇਨਸ਼ਾਅੱਲਾ। ਸਦਰੇ ਮਹਿਫਿਲ, ਜ਼ੀਨਤ ਮਹਿਫਿਲ, ਆਲੇ ਨਬੀ ਔਲਾਦੇ ਅਲੀ, ਫਖਰੂ ਸਾਦਾਤ, ਹਜ਼ਰਤ ਕਿਬਲਾ ਪੀਰ ਸੈਯਦ ਇਮਰਾਨ ਅਹਿਮਦ ਵਲੀ ਸ਼ਾਹ ਸਾਹਿਬ MNA, ਆਪ ਵੀ ਤਸ਼ਰੀਫ ਲਿਆ ਰਹੇ ਨੇ, ਔਰ ਅਲਹਾਜ ਮੁਹੰਮਦ ਸ਼ਹਿਬਾਜ਼ ਕਮਰ ਫਰੀਦੀ ਸਾਹਿਬ, ਉਹ ਵੀ ਤਸ਼ਰੀਫ ਲਿਆ ਰਹੇ ਨੇ। ਇਨਸ਼ਾਅੱਲਾ ਥੋੜ੍ਹੀ ਦੇਰ ਤੋਂ ਬਾਅਦ ਸਟੇਜ 'ਤੇ ਜਲਵਾਗਰ ਹੋਣਗੇ। ਬਾਵਾਜ਼ੇ ਬੁਲੰਦਰੂ ਦੇ ਪਾਕ ਪਾੜੋ। ਅਸਲਾਤੋ ਵਸਲਾਮ ਅਲੈਕਾ ਯਾ ਰਸੂਲ।